एवरीवन, वेलकम टू विक्टर्स नॉलेज। दिस इज चीरू शर्मा। सो आज मैं थोड़े लिए लेके आई हूँ फर्स्ट लेक्चर फ्रॉम आर इम्पॉर्टेंट एमसीक्यू फेस्ट, विच इज फॉर द एग्जाम ऑफ टीएसएस पंजाब पुलिस सब इंस्पेक्टर एंड कॉन्स्टेबल। सो जो पेपर 24 सितंबर तो शुरू होने जा रहे हैं, उन्होंने जोड़ा पार्ट टू है डोमेन स्पेसिफिक, वो मैं थोड़े लिए कुछ एमसीक्यू सैशन हूँ डेली बेसिस से लैके आऊँगी। तो अज का जो पहला सैशन है, दिस इज गोइंग टू बी ऑन साइबर क्राइम एंड साइबर सिक्योरिटी। सो इन दोनों के न रिलेटिड कुछ इंपॉर्टेंट एमसीक्यूज मैं थोड़े नाल शेयर करूंगी। अराउंड 180 टोटल एमसीक्यूज ने। सो जेडे इस सैशनस ने मैं पहला भी क्लीयर करता सी कि ये कोई एक्सप्लेनेशन या देर वुड बी नो साउंड, सिर्फ और सिर्फ थोड़ी रिवीजन के लिए मैं एक स्पेशल इनिशिएटिव लेके आई हाँ, सो दैट जिन्हें ज़्यादा तो ज़्यादा तुम पेपर तो पहला हूँ क्वेश्चन एक बार देख सको, ਉਨੀ ਹੀ ਤੁਹਾਡੀ ਪੇਪਰ ਦੇ ਵਿੱਚ ਆਸਾਨੀ ਹੋਊਗੀ ਕੁਐਸਚਨਸ ਨੂੰ ਅਟੈਂਪਟ ਕਰਨ ਦੇ ਲਈ, ਕਿਉਂਕਿ ਜ਼ਰੂਰੀ ਨਹੀਂ ਕਿ ਤੁਸੀਂ ਹਰ ਟੌਪਿਕ ਨੂੰ ਟੱਚ ਕੀਤਾ ਹੋਵੇ। ਘੱਟੋ ਘੱਟ ਜੇ ਤੁਸੀਂ ਇੱਕ ਵਾਰੀ ਸਾਰੀ ਸਾਰੀ ਥਿਊਰੀ ਦੇਖੀ ਹੋਈ ਹੈ, ਥੋੜ੍ਹੇ ਬਹੁਤ ਐਮ ਸੀ ਕਿਊਜ਼ ਦੇਖੇ ਹੋਏ ਨੇ 150-200 ਦੇ ਅਰਾਊਂਡ, ਤਾਂ ਆਈ ਐਮ ਸ਼ੋਰ ਕਿ ਤੁਸੀਂ ਪੇਪਰ ਦੇ ਵਿੱਚ 100-80% ਕੁਐਸਚਨ ਜ਼ਰੂਰ ਸਹੀ ਅਟੈਂਪਟ ਕਰਕੇ ਆਓਗੇ। ਸੋ ਨਾਓ ਲੈਟਸ ਗੈਟ ਸਟਾਰਟਡ। ਸੋ ਐਮ ਸੀ ਕਿਊ ਸਟਾਰਟ ਕਰਨ ਤੋਂ ਪਹਿਲਾਂ ਇੱਕ ਵਾਰੀ ਮੈਂ ਤੁਹਾਨੂੰ ਸਾਈਬਰ ਸਿਕਿਉਰਿਟੀ ਅਤੇ ਸਾਈਬਰ ਕ੍ਰਾਈਮ ਦੇ ਨੋਟਸ ਵੀ ਜ਼ਰੂਰ ਦਿਖਾਉਣਾ ਚਾਹੁੰਦੀ ਹਾਂ। ਜਿਹੜੇ ਨੋਟਸ ਨੇ ਇਹ ਸਬ ਇੰਸਪੈਕਟਰ ਕੋਂਸਟੇਬਲ ਦੋਨਾਂ ਪੇਪਰਾਂ ਦੇ ਲਈ ਬਿਲਕੁਲ ਸਫੀਸ਼ੀਐਂਟ ਨੇ। ਹਰ ਇੱਕ ਟੌਪਿਕ ਇਹਨਾਂ ਦੇ ਵਿੱਚ ਮੈਂ ਕੰਪਾਇਲ ਕੀਤਾ ਹੋਇਆ ਅਤੇ ਜਿਹੜਾ ਪ੍ਰਾਈਸ ਹੈ ਉਹ ਸਾਈਬਰ ਕ੍ਰਾਈਮ ਦੇ ਨੋਟਸ ਦਾ ਹੈ ਰੁਪੀਜ਼ 300 ਅਤੇ ਸਾਈਬਰ ਸਿਕਿਉਰਿਟੀ ਦੇ ਕੰਪਲੀਟ ਸਿਲੇਬਸ ਥਿਊਰੀ ਨੋਟਸ ਦਾ ਪ੍ਰਾਈਸ ਹੈ ਰੁਪੀਜ਼ 350। ਅਤੇ ਜੇ ਤੁਸੀਂ ਇਹ ਨੋਟਸ ਬਾਏ ਕਰਨੇ ਨੇ ਜਾਂ ਤੁਸੀਂ ਕਿਸੇ ਹੋਰ ਡੋਮੇਨ ਦੇ ਵੀ ਨੋਟਸ ਖਰੀਦਣੇ ਨੇ ਥਿਊਰੀ ਦੇ, ਤਾਂ ਕੰਪਲੀਟ ਥਿਊਰੀ ਦੇ ਨੋਟਸ ਅਵੇਲੇਬਲ ਨੇ। ਤੁਸੀਂ ਮੈਨੂੰ ਈਮੇਲ ਭੇਜ ਸਕਦੇ ਹੋ ਇਨ ਆਰਡਰ ਟੂ ਬਾਏ ਦੀਜ਼ ਨੋਟਸ ਔਨ legalvictor02896@gmail.com। ਸੋ ਹੁਣ ਇੱਕ ਵਾਰੀ ਆਪਾਂ ਕੁਇਕਲੀ ਨਜ਼ਰ ਮਾਰ ਲੈਂਦੇ ਹਾਂ ਨੋਟਸ ਉੱਤੇ। ਸੋ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਹਰ ਇੱਕ ਇੰਪੋਰਟੈਂਟ ਨੂੰ ਮੈਂ ਅਲੱਗ ਅਲੱਗ ਇੰਪੋਰਟੈਂਟ ਔਨਲਾਈਨ ਸੋਰਸਿਸ ਤੋਂ ਕੰਪਾਇਲ ਕੀਤਾ ਹੋਇਆ। ਸੋ ਕੁਝ ਇੰਪੋਰਟੈਂਟ ਬੁੱਕਸ ਨੇ ਰੈਫਰੈਂਸ ਦੇ ਲਈ, ਕੁਝ ਇੰਪੋਰਟੈਂਟ ਵੈਬਸਾਈਟਸ ਨੇ ਜਿੱਥੋਂ ਮੈਂ ਸਿਲੇਬਸ ਦੇ ਅਕੋਰਡਿੰਗ ਇੱਕ ਜਗ੍ਹਾ ਦੇ ਉੱਤੇ ਤੁਹਾਡੇ ਲਈ ਸਾਰਾ ਦਾ ਸਾਰਾ ਇੰਪੋਰਟੈਂਟ ਮਟੀਰੀਅਲ ਲੈ ਕੇ ਆਈ ਹਾਂ। ਸੋ ਜਿਵੇਂ ਤੁਸੀਂ ਦੇਖ ਸਕਦੇ ਹੋ ਜਿਹੜੇ ਲੇਟੈਸਟ ਲਾਜ਼ ਨੇ, ਰੂਲਸ ਨੇ, ਐਵਰੀਥਿੰਗ ਹੈਜ਼ ਬੀਨ ਇਨਕਲੂਡਿਡ ਇਨ ਦੀ ਨੋਟਸ। ਈਮੇਲ ਦੇ ਨਾਲ ਲੈ ਕੇ ਜਿੰਨੇ ਵੀ ਅਟੈਕਸ ਹੁੰਦੇ ਨੇ, ਸਪੂਫਿੰਗ, ਫਿਸ਼ਿੰਗ, ਐਵਰੀਥਿੰਗ ਹੈਜ਼ ਬੀਨ ਇਨਕਲੂਡਿਡ ਇਨ ਦ ਨੋਟਸ। ਮਾਲਵੇਅਰ ਅਟੈਚਮੈਂਟ ਬੇਸਡ, ਫੇਕ ਸੇਲ, ਪ੍ਰਮੋਸ਼ਨ ਸਕੈਮ, ਡੇਟਾ ਥੈਫਟ, ਫਾਈਨੈਂਸ਼ੀਅਲ ਫਰਾਡ। ਦੈਨ ਫੋਰੈਂਸਿਕਸ ਨਾਲ ਰਿਲੇਟਡ ਜੋ ਵੀ ਸਿਲੇਬਸ ਇਨ ਦਾ ਟੋਪਿਕਸ ਨੇ। ਸਿਕਿਉਰਿਟੀਜ਼, ਸੋ ਕਿਹੜੇ ਕਿਹੜੇ ਵਲਨਰੇਬਿਲਿਟੀ ਹੈ, ਕਿਹੜੇ ਕਿਹੜੇ ਜਗ੍ਹਾ 'ਤੇ ਰਿਸਕ ਨੇ, ਐਵਰੀਥਿੰਗ ਹੈਜ਼ ਬੀਨ ਇਨਕਲੂਡਡ ਇਨ ਦ ਨੋਟਸ, ਤੁਸੀਂ ਦੇਖ ਸਕਦੇ ਹੋ। ਅਤੇ ਟੋਟਲ 188 ਪੇਜਿਸ ਦੇ ਇਹ ਨੋਟਸ ਨੇ ਸਾਈਬਰ ਕ੍ਰਾਈਮ ਦੇ। ਹੁਣ ਇੱਕ ਵਾਰੀ ਆਪਾਂ ਕੁਇਕਲੀ ਸਾਈਬਰ ਸਿਕਿਉਰਿਟੀ ਦੇ ਵੀ ਨੋਟਸ ਦੇਖ ਲੈਂਦੇ ਹਾਂ। ਸਾਈਬਰ ਸਿਕਿਉਰਿਟੀ ਦੇ ਜਿਹੜੇ ਨੋਟਸ ਨੇ ਥੋੜ੍ਹੇ ਜਿਹੇ ਵੱਡੇ ਨੇ, 233 ਪੇਜਿਸ ਨੇ। ਇਨਫੋਰਮੇਸ਼ਨ ਸਿਕਿਉਰਿਟੀ, ਡੇਟਾ ਇੰਟੈਗ੍ਰਿਟੀ, ਨੈਟਵਰਕ ਸਿਕਿਉਰਿਟੀ, ਦੈਨ ਕਾਫੀ ਸਾਰੇ ਟੋਪਿਕਸ ਦੋਨਾਂ ਦੇ ਕਾਮਨ ਵੀ ਨੇ, ਸਾਈਬਰ ਕ੍ਰਾਈਮ ਅਤੇ ਸਿਕਿਉਰਿਟੀ ਦੇ। ਡੇਟਾ ਪ੍ਰੋਟੈਕਸ਼ਨ ਬਿੱਲ ਹੋ ਗਿਆ, ਡੇਟਾ ਬੈਕਅਪ, ਲੌਗਿੰਗ, ਮੋਨੀਟਰਿੰਗ, ਇਹ ਸਾਰੇ ਟੋਪਿਕਸ ਨੇ। ਸਿਕਿਉਰਿਟੀ ਈਵੈਂਟ ਜਨਰੇਸ਼ਨ, ਕਿਵੇਂ ਸਿਕਿਉਰਿਟੀ ਜਨਰੇਟ ਕਰਨੀ ਹੈ, ਮੈਨੇਜਮੈਂਟ ਉਹਦੀ ਇਸਟੈਬਲਿਸ਼ ਕਿਵੇਂ ਕਰਨੀਆਂ ਨੇ, ਫਾਇਰਵਾਲ ਜ਼ੋਨ, ਆਈਪੀ ਐਡਰੈਸ, ਸਟਰਕਚਰਸ, ਫਾਇਰਵਾਲ ਨੂੰ ਮੈਨੇਜ ਕਰਨਾ, ਦੈਨ ਵੀਪੀਐਨ ਕਨਫਿਗਰੇਸ਼ਨ, ਉਹਦੀ ਇੰਪਲੀਮੈਂਟੇਸ਼ਨ ਕਿਵੇਂ ਕਰਨੀ ਹੈ, ਕਿਹੜੇ ਕਿਹੜੇ ਕੰਪੋਨੈਂਟਸ ਨੇ, ਕਿਵੇਂ ਇੰਸਟਾਲ ਕਰਨਾ,
ਸੋ ਸਭ ਕੁਝ ਨੋਟਸ ਵਿੱਚ ਇਨਕਲੂਡ ਕੀਤਾ ਹੋਇਆ ਹੈ। ਕੁਝ ਕਾਮਨ ਹੈਸ਼ਿੰਗ ਐਲਗੋਰਿਥਮਸ, ਪ੍ਰਾਈਵੇਟ ਕੀ, ਪਬਲਿਕ ਕੀ, ਕ੍ਰਿਪਟੋਗ੍ਰਾਫੀ ਦੇ ਜਿੰਨੇ ਵੀ ਇੰਪੋਰਟੈਂਟ ਬੇਸਿਕ ਟੋਪਿਕ ਨੇ ਜੋ ਸਿਲੇਬਸ ਵਿੱਚ ਮੈਂਸ਼ਨ ਨੇ, ਦੈਨ RSA ਹੋ ਗਿਆ, AES, DES, ਐਵਰੀਥਿੰਗ ਇਜ਼ ਦੇਅਰ ਇਨ ਦ ਨੋਟਸ। ਡਾਕੂਮੈਂਟ ਫੋਰੈਂਸਿਕ, ਅਲੱਗ ਅਲੱਗ ਤਰ੍ਹਾਂ ਦੀ ਡੀਟੇਲ ਹੈ ਹਰ ਮਾਲਵੇਅਰ ਦੀ, ਮੋਬਾਈਲ ਡਿਵਾਈਸ ਦੇ ਵਿੱਚ ਕਿਵੇਂ ਕਿਵੇਂ ਸਾਰੀ ਸਿਕਿਉਰਿਟੀ ਹੁੰਦੀ ਹੈ, ਕਿਹੜੇ ਸਿਸਟਮਸ ਨੇ। ਗੂਗਲ ਦੀ ਸਿਕਿਉਰਿਟੀ ਅਲੱਗ ਤੋਂ ਮੈਂ ਇਨਕਲੂਡ ਕੀਤੀ ਹੈ। ਉਸ ਤੋਂ ਬਾਅਦ ਇਹ ਕੁਝ ਇੰਪੋਰਟੈਂਟ ਲਾਅਸ ਨੇ IT ਐਕਟ ਦੇ, ਜਿਹੜੇ ਪੇਪਰ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ। ਇੰਡੀਅਨ ਪੀਨਲ ਕੋਡ ਦੇ ਵਿੱਚ ਕਿੱਥੇ ਕਿੱਥੇ ਸਾਈਬਰ ਲਾਅਸ ਦੀ ਗੱਲ ਹੁੰਦੀ ਹੈ, ਪ੍ਰੋਟੈਕਸ਼ਨ ਦੀ। ਸੋ ਸਭ ਕੁਝ ਨੋਟਸ ਵਿੱਚ ਤੁਹਾਨੂੰ ਮਿਲ ਰਿਹਾ। ਇੰਟਰਨੈਸ਼ਨਲ ਲਾਅਸ ਵੀ ਥੋੜ੍ਹੇ ਜਿਹੇ ਮੈਂਸ਼ਨ ਨੇ, ਜਿੰਨੇ ਤੁਹਾਡੇ ਲਈ ਪੇਪਰ ਲਈ ਜ਼ਰੂਰੀ ਹੈ, ਕੋਈ ਕਨਵੈਨਸ਼ਨ ਵਗੈਰਾ ਹੋ ਗਈਆਂ। ਮਾਲਵੇਅਰ ਅਨਾਲਿਸਿਸ ਹੋ ਗਿਆ, ਐਡਵਾਂਸ ਸਟੈਟਿਕ ਅਨਾਲਿਸਿਸ, ਡਾਇਨਾਮਿਕ ਅਨਾਲਿਸਿਸ, ਦੈਨ ਥ੍ਰੈਟ ਹੰਟਿੰਗ, OSINT, ਸੋਸ਼ਲ ਮੀਡੀਆ ਇੰਟੈਲੀਜੈਂਸ, ਥ੍ਰੈਟ ਹੰਟਿੰਗ ਦੇ ਸਟੈਪਸ ਕੀ ਕੀ ਹੁੰਦੇ ਨੇ, ਡੇਟਾ ਬ੍ਰੀਚਿਸ ਕਲੈਕਸ਼ਨ ਟੂਲਸ, ਮੈਲੀਸ਼ੀਅਸ ਮੈਥਡਸ ਯੂਜ ਟੂ ਬ੍ਰੀਚ ਡੇਟਾ।